ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਲੱਗਦਾ ਸਰਦਾਰ ਸੁਰਿੰਦਰ ਸਿੰਘ ਜੀ ਨਿੱਜਰ ਜੀ ਨੇ ਜੋ ਅੱਜ ਉਪਰਾਲਾ ਕੀਤਾ ਉਹਦੇ ਵਾਸਤੇ ਆਪਾਂ ਇੱਕ ਗੱਜ ਕੇ ਤਾੜੀਆਂ ਤਾਂ ਬੁਲਾ ਹੀ ਸਕਦੇ ਹਾਂ। ਮੈਨੂੰ ਇੱਦਾਂ ਲੱਗਦਾ ਕਿ ਇੰਨੇ ਲੋਕਾਂ ਦਾ ਭਰੋਸਾ ਜਿੱਤਣਾ ਨਾ ਇੱਕ ਆਮ ਗੱਲ ਨਹੀਂ ਹੁੰਦੀ, ਔਰ ਇਹ ਪਿਛਲੇ ਜਨਮਾਂ ਦਾ ਕੋਈ ਕਰਮ ਹੁੰਦਾ, ਪਿਛਲੇ ਜਨਮਾਂ ਦੇ ਕੋਈ ਚੰਗੇ ਕਰਮ ਕੀਤੇ ਹੁੰਦੇ ਆ ਕਿ ਕਲਯੁੱਗ ਦੇ ਵਿੱਚ ਤੁਸੀਂ ਇੰਨੇ ਲੋਕਾਂ ਦਾ ਭਰੋਸਾ ਜਿੱਤ ਰਹੇ ਹੋ, ਉਹਨਾਂ ਨੂੰ ਬਣਾ ਕੇ ਰੱਖ ਰਹੇ ਹੋ, ਔਰ ਸਾਲ ਦਰ ਸਾਲ 12 ਸਾਲਾਂ ਤੋਂ ਉਹਨੂੰ ਬਣਾਏ ਰੱਖਣਾ ਔਰ ਉਹਨੂੰ ਹੋਰ ਵੱਡਾ ਕਰਦੇ ਜਾਣਾ, ਉਸ ਉਪਰਾਲੇ ਨੂੰ ਵੱਧ ਤੋਂ ਵੱਧ ਹੋਰ ਜ਼ਿਆਦਾ ਭੀੜ ਦਾ ਹਿੱਸਾ ਬਣਦੇ ਜਾਣਾ ਔਰ ਹੋਰ ਲੋਕ ਆਪਣੇ ਨਾਲ ਜੋੜਦੇ ਜਾਣਾ, ਇਹ ਕੋਈ ਆਮ ਗੱਲ ਨਹੀਂ ਹੈ। ਇਹ ਰੱਬ ਦੀ ਨਿਆਮਤ ਹੈ ਮੈਨੂੰ ਲੱਗਦਾ, ਔਰ ਰੱਬ ਦਾ ਬਹੁਤ ਮਿਹਰ ਭਰਿਆ ਹੱਥ ਹੈ ਨਿੱਜਰ ਜੀ ਦੇ ਉੱਤੇ। ਅਤੇ ਆਪਾਂ ਇਸ ਭਰੋਸੇ ਦੇ ਬਲ 'ਤੇ ਆਪਾਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ, ਇੱਕ ਕਹਿੰਦੇ ਨੇ ਕਿ ਦੁਨੀਆ ਰੱਬ ਨੇ ਬਣਾਈ ਹੈ, ਇਹ ਸਭ ਰੱਬ ਦਾ ਬਣਾਇਆ ਹੋਇਆ ਆ, ਔਰ ਜੇ ਅਸੀਂ ਉਸ ਰੱਬ ਦੀ ਬਣਾਈ ਦੁਨੀਆ ਨੂੰ ਦੇਖਣ ਲਈ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਇਹ ਰੱਬ ਦਾ ਹੁਕਮ ਹੈ ਕਿ ਅਸੀਂ ਉਸ ਚੀਜ਼ ਦਾ ਪਾਰਟ ਬਣ ਰਹੇ ਹਾਂ, ਔਰ ਨਿੱਜਰ ਜੀ ਨੇ ਸਾਨੂੰ ਵੀ ਉਸ ਚੀਜ਼ ਦਾ ਪਾਰਟ ਬਣਾਇਆ। ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਕਿ ਪਤਾ ਨਹੀਂ ਸਾਡੇ ਕਿੰਨੇ ਕਰਮ ਕੱਟੇ ਜਾਣਗੇ ਇਸੇ ਚੀਜ਼ ਕਰਕੇ। ਅਤੇ ਮੈਂ ਚਾਹੁੰਦੀ ਹਾਂ ਕਿ ਇੱਦਾਂ ਹੀ ਤੁਹਾਡਾ ਭਰੋਸਾ ਬਣਿਆ ਰਹੇ, ਔਰ ਨਿੱਜਰ ਜੀ ਨੂੰ ਤੁਸੀਂ ਇੱਦਾਂ ਹੀ ਜਿਹੜਾ ਕਾਫਿਲਾ ਆ ਉਹ ਜੁੜਿਆ ਰਹੇ ਅਤੇ ਅੱਗੇ ਵੱਧਦੇ ਰਹੀਏ ਅਤੇ ਸਾਡੇ ਵਰਗਿਆਂ ਨੂੰ ਆਪਣੇ ਪਾਪ ਧੋਣ ਦਾ ਮੌਕਾ ਮਿਲਦਾ ਰਹੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨੂੰ ਲੱਗਦਾ ਸਰਦਾਰ ਸੁਰਿੰਦਰ ਸਿੰਘ ਜੀ ਨਿੱਜਰ ਜੀ ਨੇ ਜੋ ਅੱਜ ਉਪਰਾਲਾ ਕੀਤਾ ਉਹਦੇ ਵਾਸਤੇ ਆਪਾਂ ਇੱਕ ਗੱਜ ਕੇ ਤਾੜੀਆਂ ਤਾਂ ਬੁਲਾ ਹੀ ਸਕਦੇ ਹਾਂ। ਮੈਨੂੰ ਇੱਦਾਂ ਲੱਗਦਾ ਕਿ ਇੰਨੇ ਲੋਕਾਂ ਦਾ ਭਰੋਸਾ ਜਿੱਤਣਾ ਨਾ ਇੱਕ ਆਮ ਗੱਲ ਨਹੀਂ ਹੁੰਦੀ, ਔਰ ਇਹ ਪਿਛਲੇ ਜਨਮਾਂ ਦਾ ਕੋਈ ਕਰਮ ਹੁੰਦਾ, ਪਿਛਲੇ ਜਨਮਾਂ ਦੇ ਕੋਈ ਚੰਗੇ ਕਰਮ ਕੀਤੇ ਹੁੰਦੇ ਆ ਕਿ ਕਲਯੁੱਗ ਦੇ ਵਿੱਚ ਤੁਸੀਂ ਇੰਨੇ ਲੋਕਾਂ ਦਾ ਭਰੋਸਾ ਜਿੱਤ ਰਹੇ ਹੋ, ਉਹਨਾਂ ਨੂੰ ਬਣਾ ਕੇ ਰੱਖ ਰਹੇ ਹੋ, ਔਰ ਸਾਲ ਦਰ ਸਾਲ 12 ਸਾਲਾਂ ਤੋਂ ਉਹਨੂੰ ਬਣਾਏ ਰੱਖਣਾ ਔਰ ਉਹਨੂੰ ਹੋਰ ਵੱਡਾ ਕਰਦੇ ਜਾਣਾ, ਉਸ ਉਪਰਾਲੇ ਨੂੰ ਵੱਧ ਤੋਂ ਵੱਧ ਹੋਰ ਜ਼ਿਆਦਾ ਭੀੜ ਦਾ ਹਿੱਸਾ ਬਣਦੇ ਜਾਣਾ ਔਰ ਹੋਰ ਲੋਕ ਆਪਣੇ ਨਾਲ ਜੋੜਦੇ ਜਾਣਾ, ਇਹ ਕੋਈ ਆਮ ਗੱਲ ਨਹੀਂ ਹੈ। ਇਹ ਰੱਬ ਦੀ ਨਿਆਮਤ ਹੈ ਮੈਨੂੰ ਲੱਗਦਾ, ਔਰ ਰੱਬ ਦਾ ਬਹੁਤ ਮਿਹਰ ਭਰਿਆ ਹੱਥ ਹੈ ਨਿੱਜਰ ਜੀ ਦੇ ਉੱਤੇ। ਅਤੇ ਆਪਾਂ ਇਸ ਭਰੋਸੇ ਦੇ ਬਲ 'ਤੇ ਆਪਾਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ, ਇੱਕ ਕਹਿੰਦੇ ਨੇ ਕਿ ਦੁਨੀਆ ਰੱਬ ਨੇ ਬਣਾਈ ਹੈ, ਇਹ ਸਭ ਰੱਬ ਦਾ ਬਣਾਇਆ ਹੋਇਆ ਆ, ਔਰ ਜੇ ਅਸੀਂ ਉਸ ਰੱਬ ਦੀ ਬਣਾਈ ਦੁਨੀਆ ਨੂੰ ਦੇਖਣ ਲਈ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਇਹ ਰੱਬ ਦਾ ਹੁਕਮ ਹੈ ਕਿ ਅਸੀਂ ਉਸ ਚੀਜ਼ ਦਾ ਪਾਰਟ ਬਣ ਰਹੇ ਹਾਂ, ਔਰ ਨਿੱਜਰ ਜੀ ਨੇ ਸਾਨੂੰ ਵੀ ਉਸ ਚੀਜ਼ ਦਾ ਪਾਰਟ ਬਣਾਇਆ। ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਕਿ ਪਤਾ ਨਹੀਂ ਸਾਡੇ ਕਿੰਨੇ ਕਰਮ ਕੱਟੇ ਜਾਣਗੇ ਇਸੇ ਚੀਜ਼ ਕਰਕੇ। ਅਤੇ ਮੈਂ ਚਾਹੁੰਦੀ ਹਾਂ ਕਿ ਇੱਦਾਂ ਹੀ ਤੁਹਾਡਾ ਭਰੋਸਾ ਬਣਿਆ ਰਹੇ, ਔਰ ਨਿੱਜਰ ਜੀ ਨੂੰ ਤੁਸੀਂ ਇੱਦਾਂ ਹੀ ਜਿਹੜਾ ਕਾਫਿਲਾ ਆ ਉਹ ਜੁੜਿਆ ਰਹੇ ਅਤੇ ਅੱਗੇ ਵੱਧਦੇ ਰਹੀਏ ਅਤੇ ਸਾਡੇ ਵਰਗਿਆਂ ਨੂੰ ਆਪਣੇ ਪਾਪ ਧੋਣ ਦਾ ਮੌਕਾ ਮਿਲਦਾ ਰਹੇ।
थैंक यू।